स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड डोक पिंड श्री मुक्तसर साहब जिले का ते नेड़े ये सुखन वाले दे रह जांदा है। सुखन वाला पिंड फरीदकोट जिले च पैंदा दोस्तों ते ये सीधी सड़क जिहड़ी फरीदकोट तो वाया नवा किला होके सुखन वाला डोक ते अगे सीर वाली भंगे वाले नूं निकल जांदी है। जिहड़े घर चों वीडियो बना रहे दोस्तों भाई व्यापार का काम भी कर लैंदा पशु ले आउंदा वेचण वास्ते ते नाल आपदा डेयरी फार्म भी भाई ने बनाया होया गावां जिहड़ियां दुध ते भी लाईआं वी। अज जिहड़ी वीडियो बन रही उहदे च इक तां इह पहले नंबर ते गां काफ़ी चंगा थण हवाना इस टाइम दिसदा दोस्तों वड्डे हवाने दी है फार्म दे विच्चों ही आई है जिहदे करके इहनूं खुल्ही छड्डता क्योंकि संगल पा के इहनूं तोरना औखा है। तो ये तो बिना एक गां इस साइड के उत्ते खड़ी है जिहड़ी हजे थोड़ी कच्ची है पर वड्डे ढांचे की है ये भी विकाऊ आ ते एक सामने लाल वैड तुसीं देख सकते हो। सो नाग दोस्तों तीन इस टाइम विक्री वाले बाई कोल हैगे आ इन्हां दे विच आपां वीडियो बनावांगे तुहानूं जिहड़ा पशु इन्हां चों जचूगा उहदी तसल्ली तुसीं करनी है आके देखो तो आपदी समझ नाल खरीदो। आओ शुरुआत जिहड़ी खुल्ही छड्डी इसे गां तों कर लैंदे उस तों बाद दूजियां बारे डिटेल पुछांगे। सत श्री अकाल भाई। सत श्री अकाल भाई। ਨਾਮ ਆਪਣਾ ਦੱਸ ਦਿਓ। ਨਾਮ ਬਈ ਲਵਪ੍ਰੀਤ ਸਿੰਘ। ਲਵਪ੍ਰੀਤ ਵਪਾਰ ਦਾ ਕੰਮ ਆਪਾਂ ਕਰ ਰਹੇ ਹਾਂ ਨਾਲ ਫਿਰ। ਹਾਂਜੀ ਬਈ ਚੱਲੀ ਜਾਂਦਾ ਨਾਲ। ਗਾਵਾਂ ਲਿਆਉਣੀ ਆ ਜ਼ਿਆਦਾ। ਗਾਵਾਂ ਦੇ ਕੰਮ ਕਰੀਏ। ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਗਾਂ ਖੁੱਲੀ ਛੱਡੀ ਹੈ ਕਿੰਨਵਾਂ ਸੂਆ ਸੂਗੀ? ਇਹਨੇ ਬਈ ਮੰਨ ਲਓ ਵੀ ਸਹੀ ਚੌਥਾ ਸੂਆ ਸੋਣਾ ਕਹਿਣ ਨੂੰ ਭਾਵੇਂ ਤੀਜਾ ਕਹਿ ਦਈਏ। ਠੀਕ ਹੈ। ਤੇ ਚੌਥੇ ਸੂਏ ਸੋਣਾ ਤੇ ਜਿਹੜਾ ਮਿਲਕ ਦਾ ਰਿਕਾਰਡ ਆ ਮੰਨ ਲਓ ਆਪਣਾ 27 ਕਿਲੋ ਚੋਇਆ ਵਿਆ ਪਰ ਗਾਂ ਹੈਗੀ ਤੇਲੀ। ਠੀਕ ਹੈ। ਕਿਹੜਾ ਥਾਂ ਨਹੀਂ ਚੱਲਦਾ ਇਹਦਾ? ਆ ਮੂਰਲਾ ਥਾਣਾ ਹੀ ਅਗਲਾ। ਕਬੈਣੀ ਬੈਣੀ ਵਾਲੇ ਪਾਸੇ ਦਾ ਮੂਰਲਾ ਥਾਂ ਨਹੀਂ ਚੱਲਦਾ। ਠੀਕ ਹੈ। ਤੇ ਤਿੱਲ ਥੱਲੋਂ 27 ਕਿਲੋ ਦੁੱਧ ਚੋਇਆ ਵਿਆ ਜੀ। ਠੀਕ ਹੈ। ਫਾਰਮ ਚੋਂ ਆਈ ਹੈ? ਫਾਰਮ ਚੋਂ ਆਈ ਵੀ ਹੈ ਬਈ। ਕੀ ਰੇਟ ਕਰਦੇ ਹੋ? ਮੁੱਲ ਬਈ ਇਹਦਾ 65000 ਰੁਪਏ ਕਰਦੇ। ਦਿਨ ਕਿੰਨੇ ਲੈ ਜੂ? ਦਿਨ ਤਾਂ ਬਈ ਗਾਂ ਤਾਂ ਵੈਸੇ ਤਿਆਰੀ 'ਚ ਹੀ ਹੈ ਪਰ ਉਂ 3 ਦਿਨ ਪਏ ਆ ਹਜੇ ਤਰੀਕ ਦੇ ਹਿਸਾਬ ਨਾਲ। ਠੀਕ ਹੈ। ਇਹਨੂੰ ਘੁਮਾ ਦੇ ਬਈ ਮੜਾ ਇੱਥੋਂ ਪਰਾਂ ਨੂੰ ਜਾਵਣ ਦੇ ਭਾਵੇਂ। ਸੋ ਦੋਸਤੋ ਦਿਨ ਹਜੇ 3 ਕੁ ਪਏ ਆ ਪਰ ਉਂ ਤਿਆਰੀ ਜੇ ਦੇਖਦੇ ਆ ਤਾਂ ਉਸ ਹਿਸਾਬ ਤੇ ਫੁੱਲ ਤਿਆਰੀ ਇਹਦੀ। ਬੈਣੀ ਵਾਲੇ ਪਾਸੇ ਦਾ ਮੂਰਲਾ ਥਾਣੇ ਦਾ ਚੱਲਦਾ ਨਹੀਂ ਪਰ ਨਾਲ ਇਹ ਵੀ ਗੱਲ ਆ ਵੀ ਉਹ ਥਾਣ ਕੋਈ ਸੁੰਗੜਿਆ ਨਹੀਂ ਤੇ ਕੋਈ ਥਾਂ ਜਿਹੜੀ ਸਾਈਡ ਨਹੀਂ ਦਿਖਾਉਂਦੀ ਬਿਲਕੁਲ ਵੀ। ਇੱਕੋ ਜੇ ਥਾਂ ਨਜ਼ਰ ਆਉਣਗੇ ਬਿਲਕੁਲ ਇੱਕੋ ਜਿਹਾ ਹਵਾਨਾ ਚਾਰਾਂ ਪਾਸਿਆਂ ਤੋਂ ਨਜ਼ਰ ਆਊਗਾ ਪਰ ਇਹ ਮੂਰਲਾ ਥਾਂ ਚੱਲਦਾ ਨਹੀਂ ਗਾ ਕੋਈ ਇਹਦੇ 'ਚੋਂ ਧਾਰ ਨਹੀਂ ਆਉਂਦੀ ਕੋਈ ਚੇਪਾ ਨਹੀਂ ਆਉਂਦਾ। ਇਹ ਪਹਿਲਾ ਸੂਆ ਬਾਈ ਦੱਸਦਾ ਇਹਦੇ 'ਚੋਂ ਸਹੀ ਦੁੱਧ ਫਾਰਮ ਵਾਲੇ ਦੱਸਦੇ ਸੀ ਵੀ ਆਇਆ ਉਸ ਤੋਂ ਬਾਅਦ 'ਚ ਇਹ ਥਾਂ ਜਿਹੜਾ ਜਦੋਂ ਡਰਾਈ ਕਰਤੀ ਤਾਂ ਫਿਰ ਇਹ ਚੱਲਿਆ ਨਹੀਂ ਗਾ। ਸੋ ਢਾਂਚਾ ਗਾਂ ਦਾ ਦੇਖ ਲਓ ਦੋਸਤੋ 65000 ਰੇਟ ਹੈ। ਹੈ ਤਿੱਲ ਪਰ ਦੁੱਧ ਚਾਰੇ ਥਣ ਚੱਲਦੀਆਂ ਜਿੰਨਾ ਦੇਊਗੀ ਕਰਮ ਵਾਲੀ ਉਮੀਦ ਹੈ ਇਹਦੇ ਤੋਂ ਰੇਟੇ ਦਾ 65000 ਹੈ। ਇੱਕ ਹੋਰ ਗਾਂ ਬਾਈ ਕੋਲ ਵਿਕਰੀ ਵਾਲੀ ਹੈ ਬਈ ਉਹ ਲਾਲ ਜਿਹੜੀ ਗਾਂ ਵੇਚਣੀ ਆਪਾਂ। ਹਾਂਜੀ ਬਈ। ਕਿੰਨਵਾਂ ਸੂਆ? ਇਹਨੇ ਬਈ ਦੂਜਾ ਸੂਆ ਸੋਣਾ ਹੈ। ਕਿੰਨੇ ਦਿਨ ਲੈ ਜੂਗੀ? ਇਹਦੇ ਹਜੇ ਪਏ ਆ ਬਈ 15 ਦਿਨ 15 ਤੋਂ 20 ਦਿਨ ਪਏ ਆ ਜੀ। ਠੀਕ ਹੈ। ਕੀ ਰੇਟ ਕਰਦੇ ਹੋ? ਰੇਟੇ ਦਾ ਬਈ 65000 ਰੁਪਏ। 65000 ਹੀ ਇਹਦਾ। ਸੋ ਦੋਸਤੋ ਸੂਏ ਸੋਣਾ ਪਹਿਲੇ ਸੂਏ 19 ਤੋਂ 20 ਕਿਲੋ ਦੁੱਧ ਆਪਣਾ ਚੋਇਆ ਹੋਇਆ ਘਰ ਦੀ ਵੜਾ ਹੀ ਹੈ। ਅਸ਼ੇ ਘਰ ਦੀ। ਇਹ ਘਰ ਦੀ ਹੈ। ਠੀਕ ਹੈ। ਸੋ ਦੋਸਤੋ ਥੋੜੀ ਕ੍ਰਾਸ ਜਰਸੀ ਚ ਹੈ। 65000 ਰੇਟ ਆ। 15 ਤੋਂ 20 ਦਿਨ ਹਜੇ ਲਊਗੀ ਸੂਣ ਦੇ ਵਿੱਚ। ਸੂਆ ਇਹਦਾ ਦੂਜਾ 19-20 ਕਿਲੋ ਦੁੱਧ ਬਾਈ ਕਹਿੰਦਾ ਵੀ ਪਹਿਲਾਂ ਦਾ ਇਹਦਾ ਚੋਇਆ ਐਤਕੀ ਦੂਜਾ ਸੂਆ ਹਵਾਨਾ ਬਣਾਉਂਦੀ ਆਉਂਦੀ ਹੈ। ਰੰਗ ਰੂਪ ਸੋਹਣਾ ਹੈ। ਕ੍ਰੋਸ ਜਰਸੀ ਹੈ। ਜਰਸੀ ਦੇ ਬੱਚੇ ਵਧੀਆ ਲੈ ਸਕਦੇ ਹੋ ਤੁਸੀਂ ਇਹਦੇ ਤੋਂ ਕਿਉਂਕਿ ਢਾਂਚਾ ਚੰਗਾ। ਠੀਕ ਹੈ। ਥਣ ਦੋਸਤੋ ਹੱਥੀ ਚੁਆਈ ਵਾਲਾ ਬਹੁਤ ਸੋਹਣਾ ਢਾਂਚਾ ਵੀ ਸੋਹਣਾ ਵੈਡ ਦਾ। ਸੋ ਇਹਦਾ ਰੇਟ 65000 ਬਾਈ ਨੇ ਕੀਤਾ। ਇੱਕ ਇਹਦੇ ਨਾਲ ਵੱਡੀ ਗਾਂ ਹੋਰ ਖੜੀ ਐਚ ਐਫ 'ਚ। ਕਿਹੜੀ ਹੈ ਵੱਡੀ ਗਾਂ ਬਾਈ? ਇਹਨੇ ਬਈ ਤੀਜਾ ਸੂਆ ਸੋਣਾ। ਠੀਕ ਹੈ। ਤੇ ਦੁੱਧ ਇਹਦਾ ਮੰਨ ਲਓ ਦੂਜੇ ਸੂਏ ਦਾ 32-33 ਕਿਲੋ ਚੋਇਆ ਹੋਇਆ ਜੀ। ਠੀਕ ਹੈ। ਕਿੰਨੇ ਦਿਨ ਲੱਗੇ? ਇਹ ਆ ਜੀ। ਕਿੰਨੇ ਕੁ ਦਿਨ ਲਊ? ਦਿਨ ਇਹ ਲੈ ਜੂਗੀ 15 ਦਿਨ ਲੈ ਜੂਗੀ ਹਜੇ। ਕੀ ਰੇਟ ਕਰੋਗੇ? ਰੇਟ ਦਾ 1-10 ਕਰ ਦਿਓ। ਖੋਲੀਏ ਨੂੰ। ਸੋ ਦੋਸਤੋ ਰੇਟ 1-10 15 ਤੋਂ 20 ਦਿਨ ਹਜੇ ਲੈਂਦੀ ਹੈ। ਦੁੱਧ ਚੰਗਾ ਦਿੱਤਾ ਹੈ। ਸੂਆ ਤੀਜਾ ਦੂਜੇ ਸੂਏ 'ਚ 30+ ਦੁੱਧ ਦਾ ਰਿਕਾਰਡ ਵੀਰ ਦੱਸ ਰਿਹਾ ਇਹਦਾ। ਥਾਣੇ ਦਾ ਵੀ ਦੱਸੋ ਹੱਥੀ ਚੁਆਈ ਵਾਲਾ ਵੱਡੀ ਐਚ ਐਫ ਹੈ। ਕੱਦ ਕਾਠੇ ਦਾ ਦੇਖੋ ਬਾਈ ਘੁਮਾ ਇਹਨੂੰ ਵਾਪਸ ਇੱਥੇ। ਸੋ ਇਹ ਫੇਰ ਤੁਹਾਨੂੰ ਤੋਰ ਕੇ ਦੱਸੋ ਦਿਖਾਉਣੇ ਆ ਕਿਉਂਕਿ ਵੱਡੇ ਢਾਂਚੇ ਦੀ ਹੈ ਸੋਹਣੇ ਥਣ ਦਿਸਦੇ ਆ। ਵੇਲ ਚੰਗੀ ਹੈ ਉੱਚੀ ਲੰਬੀ ਚੰਗੀ ਹੈ ਦੁੱਧ ਵਾਲੀ ਗਾਂ। ਥਣ ਦਾ ਸਹਿਜ ਹੱਥੀ ਚੁਆਈ ਵਾਲਾ ਬਹੁਤ ਸੋਹਣਾ। ਚਾਰੇ ਥਣ ਬਿਲਕੁਲ ਇੱਕੋ ਜਿਹੇ ਨਜ਼ਰ ਆਉਂਦੇ ਆ ਚੰਗੇ ਕੱਦ ਕਾਠ 'ਚ ਇਹ ਗਾਂ ਜਿਹੜੀ। ਇਹਦਾ ਰੇਟ 1,10,000। ਇਹ ਤੋਂ ਬਿਨਾਂ ਇੱਕ ਵੈਡ ਜਿਹਦਾ ਰੇਟ 65000 ਕ੍ਰੋਸ ਜਰਸੀ 'ਚ ਪੈਂਦੀ ਹੈ। ਅਤੇ ਇਹਨਾਂ ਤੋਂ ਬਿਨਾਂ ਇੱਕ ਥਣ 3 ਚੱਲਦੇ ਆ ਪਰ ਹਵਾਨਾ ਜਿੱਧਰੋਂ ਮਰਜ਼ੀ ਦੇਖ ਲਓ ਜੇ ਬਿਲਕੁਲ ਇੱਕੋ ਜਿਹਾ ਦਿਖਾਉਂਦੀ ਹੈ। ਇਹ 3 ਗਾਂ ਜਿਹਦਾ ਰੇਟ 65000 ਲੈਣੀ ਹੋਵੇ ਆਪਾਂ ਨੂੰ 1-20-15 ਦੀ ਮਿਲਦੀ ਹੈ ਇੰਨੇ ਦੁੱਧ ਵਾਲੀ।
ਸਹੀ ਹੈ ਢਾਂਚਾ ਲਈਏ ਜੇ ਆਪਾਂ ਬਾਕੀ ਗਾਂ ਦਾ ਬੀਸੀਐਸ ਵੇਖੋ ਪੂਰੀ ਐ ਬਣੀ ਪਈ ਹੈ ਪਤਾ ਲੱਗਦਾ ਵੀ ਹਾਂ ਫਾਰਮ ਵਾਲੀ ਸਹੀ ਹੈ ਸੋ ਦੋਸਤੋ ਚੰਗੀ ਗਾਂ ਬਸ ਇੱਕ ਮੰਨ ਲਓ ਹੁੰਦੀ ਹੈ ਆਪਾਂ ਨੂੰ ਸਹੀ ਹੈ ਸੋ ਜਿਹਨੇ ਬੱਚੇ ਚੰਗੇ ਲੈਣੇ ਆ ਤੇ ਇਸ ਗਾਂ ਤੋਂ ਲੈ ਸਕਦੇ ਹੋ ਦੁੱਧ ਵੀ ਸੋਹਣਾ ਦੇਊਗੀ ਇਹਦੇ ਆਪਣੇ ਏਬੀਐਸ ਦਾ ਭਰਿਆ ਬਈ ਰਿਕਾਰਡ ਆਪਣੇ ਕੋਲ ਇਹਦਾ ਵੀ ਹੈਗਾ ਉਹਦੇ ਡੈਲ ਮਾਸਟਰ ਦਾ ਭਰਿਆ ਉਹਦੇ ਵੀ ਰਿਕਾਰਡ ਆ ਉਹਦੇ ਫੇਰ ਏਬੀਐਸ ਦਾ ਓਕੇ ਰਿਕਾਰਡ ਆਪਣੇ ਕੋਲ ਤਿੰਨਾਂ ਦਾ ਪਈ ਓਕੇ ਸੋ ਰਿਕਾਰਡ ਬਾਈ ਕਹਿੰਦਾ ਤਿੰਨਾਂ ਦਾ ਮਿਲ ਜੂ ਸੋ ਅੱਜ ਦੀ ਵੀਡੀਓ ਚ ਤਿੰਨ ਨਗ ਵਿਕਾਊ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ।